ਅਸਲਾਮੁਅਲੈਕੁਮ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਖਰੀਏ? ਅੱਜ ਅਸੀਂ ਸਿਆਲਕੋਟ ਦੀ ਇੱਕ ਨਾਮਵਰ ਸ਼ਖਸੀਅਤ ਹੈ ਉਸਤਾਦ ਮੁਸ਼ਤਾਕ ਟੈਨਿਸ ਵਾਲੇ, ਉਹਨਾਂ ਦੇ ਕੋਲ ਮੌਜੂਦ ਆ। ਉਹਨਾਂ ਦੇ ਬਟੇਰੇ ਕਬੂਤਰ ਆਪਣੀ ਮਿਸਾਲ ਆਪ ਨੇ ਔਰ ਪੂਰੇ ਪਾਕਿਸਤਾਨ ਦੇ ਵਿੱਚ ਮੁਖਤਲਿਫ ਸ਼ਹਿਰਾਂ ਦੇ ਆਪਣਾ ਸਿੱਕਾ ਮਨਵਾ ਚੁੱਕੇ ਨੇ। ਸਾਹਮਣੇ ਭਾਈ ਬੈਠੇ ਨੇ ਮੁਸ਼ਤਾਕ ਸਾਹਿਬ। ਅਸਲਾਮੁਅਲੈਕੁਮ ਜੀ, ਕੀ ਹਾਲ ਹੈ ਜਨਾਬ? ਠੀਕ ਠਾਕ ਹੋ? ਖਰੀਏ? ਮੁਸ਼ਤਾਕ ਭਾਈ, ਕਿੰਨੀ ਦੇਰ ਤੋਂ ਤੁਹਾਡੇ ਕੋਲ ਆ ਕਬੂਤਰ ਨੇ? ਤੁਹਾਡੇ ਕੋਲ ਇੱਥੇ ਸਿਆਲਕੋਟ ਚ ਕਿਸ ਕਿਸ ਛੱਤ ਦੇ ਉੱਪਰ ਕਬੂਤਰ ਉੱਡੇ ਨੇ, ਜ਼ਰਾ ਇਹਦੀ ਅੱਖ ਦਾ ਵੀ ਸ਼ੌਕ ਕਰਾਓ ਤੇ ਨਾਲੇ। ਇਹ ਕਾਫੀ ਛੱਤਾਂ ਨੇ ਉੱਡੇ ਨੇ, ਬਹੁਤ ਸਾਰੇ ਛੱਤਾਂ ਨੇ ਉੱਡੇ ਨੇ। ਅੱਛਾ ਜੀ, ਤੁਹਾਡੇ ਕੋਲ ਗੰਗ ਦੀ ਛੱਤ ਉੱਡੇ ਨੇ ਜੀ, ਸੱਪਾਂ ਦੇ ਛੱਤ ਉੱਡੇ ਨੇ, ਮੀਆਂ ਯਾਕੂਬ ਦੀ ਛੱਤ ਉੱਡੇ ਨੇ ਮੇਰੇ ਕਬੂਤਰ। ਅੱਛਾ, ਮਾਸ਼ਾਅੱਲਾ। ਅੱਛਾ, ਉਹਨਾਂ ਦੇ ਜੋ ਨਾਲ ਬਿਡਾਏ ਨੇ ਉੱਥੇ ਵੀ ਉੱਡੇ ਨੇ, ਹਰ ਜਗ੍ਹਾ ਤੇ ਉੱਡੇ ਨੇ। ਬਹੁਤ ਕਮਾਲ ਦੇ ਜ਼ਰੇ ਨੇ ਯਾਰ, ਅੱਖਾਂ ਦੇ ਵਿੱਚ ਮਜ਼ਾ ਆ ਗਿਆ, ਵਾਪਸੀ ਬਹੁਤ ਦਿਨ। ਤੇ ਤੁਹਾਡੇ ਕੋਲ ਮੁਸ਼ਤਾਕ ਭਾਈ ਤਾਦਾਦ ਕਿੰਨੀ ਕੁ ਹੈ, ਮਤਲਬ ਕਿੰਨਾ ਕੁ ਜੋੜਾ ਤੁਸੀਂ ਇਹ ਲਗਾਇਆ ਹੋਇਆ? 50 ਜੋੜਾ। 50 ਜੋੜਾ ਹੈ ਪਿਓਰ? ਪਿਓਰ, ਮਾਸ਼ਾਅੱਲਾ ਮਾਸ਼ਾਅੱਲਾ। ਤੇ ਤੁਹਾਡਾ ਮੋਬਾਈਲ ਨੰਬਰ ਕੀ ਹੈ? 0321713 82 81। ਭਾਈ ਮੁਸ਼ਤਾਕ, ਆ ਦੋਸਤ ਸਾਰੇ ਤੁਹਾਡੇ ਨਾਲ ਰਾਬਤਾ ਅਗਰ ਕਰਨ ਤੇ ਮਿਹਰਬਾਨੀ, ਅਗਰ ਮੇਰਾ ਕੋਈ ਨਾਂ ਲਏ ਤੇ ਉੱਤੇ ਖਸੂਸੀ ਇਨਸ਼ਾਅੱਲਾ, ਬੜੀ ਇਨਸ਼ਾਅੱਲਾ, ਬੜੀ ਮਿਹਰਬਾਨੀ। ਬਾਲ ਵਿੱਚ ਬਾਲ ਕੇ ਲੋਟਾ ਲੋਟਾ।